ਅੱਲੈਕੁਮ ਦੋਸਤੋ ਕੀ ਹਾਲ ਚਾਲ ਨੇ ਜਨਾਬ ਤੁਸੀਂ ਵੇਖਦੇ ਪਿਓ ਅਰਸ਼ਦ ਅਲੀ ਟੀਵੀ ਤੇ ਮੈਂ ਆ ਤੁਹਾਡਾ ਮੇਜ਼ਬਾਨ ਅਰਸ਼ਦ ਅਲੀ ਜੋਹਿਆ ਤੇ ਜਿਵੇਂ ਕਿ ਜਨਾਬ ਤੁਹਾਨੂੰ ਪਤਾ ਹੈ ਕਿ ਮੈਂ ਹਰ ਰੋਜ਼ ਜਨਾਬ ਕੋਸ਼ਿਸ਼ ਕਰਨਾ ਕਿ ਤੁਹਾਡੇ ਵਾਸਤੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂ ਤੇ ਅੱਜ ਵੀ ਜਨਾਬ ਮੈਂ ਲੈ ਕੇ ਆਇਆ ਆ ਮੇਰੇ ਅੱਗੇ ਜਨਾਬ ਇੱਕ ਝੋਟੀ ਫਿਰਦੀ ਏ ਇੱਕ ਮੈਂ ਫਿਰਦੀ ਏ ਆ ਝੋਟੀ ਨੰਬਰ 1 ਤੋਂ ਜਨਾਬ ਕੈਮਰਾਮੈਨ ਸਾਹਿਬ ਸ਼ੁਰੂ ਕਰੋ ਇਹ ਝੋਟੀ ਜਨਾਬ ਸੋਈ ਹੋਈ ਏ ਕਿੰਨੇ ਦਿਨ ਹੋ ਗਏ ਜਨਾਬ ਇਹਨੂੰ ਸੋਈ ਨੂੰ ਇਹ ਕਰ ਲਾਂਗੇ ਜਨਾਬ ਮਾਲਕ ਨਾਲ ਗੱਲਾਂ ਤੇ ਲੈਣੇ ਦੇਣੇ ਜਨਾਬ ਮੁਕੱਦਰ ਹੁੰਦੇ ਨੇ ਅਰਸ਼ਦ ਅਲੀ ਟੀ ਤੇ ਜਨਾਬ ਤੁਹਾਨੂੰ ਨੀਲੀ ਬਾੜ ਦੀਆਂ ਜਨਾਬ ਚੀਜ਼ਾਂ ਵਖਾੰਦਾ ਹੈ ਜਿਨ੍ਹਾਂ ਵਿੱਚੋਂ ਜਨਾਬ ਇੱਕ ਅੱਧੀ ਆਪਣੇ ਅੱਗੇ ਜੇ ਨੀਲੀ ਦੀ ਆ ਜਾਵੇ ਅਬਲੇ ਤੇ ਆਈ ਕੋਨੀ ਜੇ ਆ ਜਾਵੇ ਤਾਂ ਕੁਛ ਕਿਆ ਨਹੀਂ ਜਾ ਸਕਦਾ ਇਸ ਛੋਟੀ ਦਾ ਜਨਾਬ ਕੀ ਹਿਸਾਬ ਕਿਤਾਬ ਹੈ ਇਹ ਕਰਾਂਗਾ ਜਨਾਬ ਮਾਲਕ ਨਾਲ ਗੱਲਾਂ ਤੇ ਲੈਣੇ ਦੇਣੇ ਦੋਸਤੋ ਮੁਕੱਦਰ ਹੁੰਦੇ ਨੇ ਅਰਸ਼ਦ ਅਲੀ ਟੀਵੀ ਚੈਨਲ ਜਨਾਬ ਤੁਹਾਨੂੰ ਨੀਲੀ ਬਾਹਰ ਦਾ ਜਨਾਬ ਬ੍ਰੈਂਡ ਵਿਖਾਉਂਦਾ ਹੈ ਇਹ ਛੋਟੀ ਜਨਾਬ ਪਹਿਲਾ ਸਵੇਰ ਸੋਈ ਹੈ ਕੀ ਇਹਦੇ ਮਗਰੇ ਜਨਾਬ ਇਹ ਕਰਾਂਗਾ ਜਨਾਬ ਮਾਲਕ ਨਾਲ ਗੱਲਾਂ ਤੇ ਕਿੰਨੇ ਦਿਨ ਹੋਏ ਨੇ ਸੋਈ ਨੂੰ ਇਹ ਸਾਰੀ ਜਨਾਬ ਡਿਟੇਲ ਤੁਹਾਨੂੰ ਲੈ ਕੇ ਦਿਆਂਗਾ ਤੇ ਇਹਦੀ ਜਨਾਬ ਕੈਮਰਾਮੈਨ ਸਾਹਿਬ ਇਹਦੀ ਤਸੱਲੀ ਕਰਾਓ ਤੇ ਮੈਂ ਜਨਾਬ ਕਰਨਾ ਇਹਦੀ ਆਪਣਾ ਛੋਟੀ ਦੀਆਂ ਗ ਨਾਲ ਤੇ ਬਾਕੀ ਦਾ ਜਿਹੜਾ ਹਿਸਾਬ ਕਿਤਾਬ ਏ ਉਹ ਆਪਾਂ ਇਹਦਾ ਮਾਲਕ ਤੋਂ ਪੁੱਛ ਲੈਨੇ ਆਂ ਅਸਲਾਮੁਅਲੈਕਮ ਜੀ ਵਾਅਲੈਕਮ ਸਲਾਮ ਲਓ ਚਾਚਾ ਜੀ ਥੋੜਾ ਜਿਹਾ ਉੱਚੀ ਬੋਲਣਾ ਜੇ ਤੇ ਆਦਾ ਨਾਮ ਹੀ ਦੱਸਣਾ ਜੀ ਠੀਕ ਹੋ ਗਿਆ ਅਸਲਾਮੁਅਲੈਕਮ ਜੀ ਆ ਨਾਮ ਹੀ ਦੱਸੋ ਜੀ ਵਾਅਲੈਕਮ ਸਲਾਮ ਮੇਰਾ ਨਾਮ ਜੀ ਕਾਲੇਖਾਂ ਠੀਕ ਹੋ ਗਿਆ ਲਓ ਚਾਚਾ ਛੋਟੀ ਨੰਬਰ 1 ਤੋਂ ਆਪਾਂ ਸ਼ੁਰੂ ਕਰ ਲੈਨੇ ਆਂ ਕੈਮਰਾਮੈਨ ਜਿਹੜਾ ਵਿਖਾਈ ਜਾਂਦਾ ਛੋਟੀ ਨੰਬਰ 1 ਇਹ ਮੈਨੂੰ ਤੁਸੀਂ ਦੱਸਣਾ ਵੀ ਇਹਨੂੰ ਕਿੰਨੇ ਦਿਨ ਹੋ ਗਏ ਨੇ ਸੂਈ ਨੂੰ ਤੇ ਇਹਦੇ ਮਗਰ ਕੀ ਹੈ ਏ ਜੀ ਅੱਜ ਦੂਸਰਾ ਦਿਨ ਸੂਈ ਨੂੰ ਹੋ ਗਿਆ ਹੈ ਕੱਚਾ ਵਾਲੀ ਬੌੜਾ ਹੈ ਠੀਕ ਹੋ ਗਿਆ ਤੇ ਇਹਨੇ ਮਗਰ ਕੱਟੀ ਹੈ ਜਾਂ ਕੱਟ 33 33 ਅੱਛਾ ਇਹਨੇ ਮਗਰ ਕੱਟੀ ਹੈ ਦੂਸਰਾ ਤੁਸੀਂ ਕਹਿੰਦੇ ਪਹਿਲੇ ਬੌੜਾ ਤੇ ਉਹ ਬੌੜਾ ਤੁਸੀਂ ਕਿੰਨਾ ਚੋਇਆ ਸੀ ਅਸੀਂ ਜੀ ਬੌੜਾ ਚੋਇਆ ਝੂਠ ਨਹੀਂ ਮਾਰਨਾ ਬੌੜਾ ਕੋਈ 8 ਕੁ ਕਿਲੋ ਨਤਾਜ ਨਾਲ ਪਹਿਲਾ ਚੋਇਆ ਹੈ ਠੀਕ ਹੋ ਗਿਆ ਜੀ ਹੁਣ ਜੀ ਦੁੱਧ ਕਰ ਰਹੀ ਹੈ ਮੈਂ ਮਿਸਾਲ ਹੈ 10 ਕੁ ਕਿਲੋ ਹੂੰ 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 ਕੱਚਵੀ ਵਾਲੀ ਹੈ ਬੌੜਾ ਠੀਕ ਹੋ ਗਿਆ 10 ਕਿਲੋ ਮੈਂ ਹੁਣ ਦੁੱਧ ਕਰ ਰਹੀ ਇਨਸ਼ਾਅੱਲਾ ਦੁੱਧ ਮੈਂ ਆਦੀ ਵੀ 12 13 ਕਿਲੋ ਇਨਸ਼ਾਅੱਲਾ ਵੀ ਮੈਂ ਹਫਤੇ ਦੇ ਵਿੱਚ ਵਿੱਚ ਕਰਾਂਗੀ ਠੀਕ ਹੋ ਗਿਆ ਯਾਨੀ ਕਿ ਤੁਸੀਂ ਕਹਿੰਦੇ ਪਹਿਲੇ ਵੀ ਹੁਣ ਦੁੱਧ ਕਰਦੀ ਪਈ ਹੈ 10 ਲੀਟਰ ਤੇ ਇਹ ਕੱਟੀ ਨੂੰ ਛੱਡ ਕੇ ਕਰਦੀ ਪਈ ਹੈ ਜਾਂ ਸਾਰਾ ਹੀ ਐਵੇਂ ਪੱਕਾ ਪੱਕਾ ਛੱਡ ਤੇ ਐਵੇਂ ਝੂਠ ਨਹੀਂ ਮਾਰਨਾ ਠੀਕ ਹੋ ਗਿਆ ਹਾਂ ਜੀ ਯਾਨੀ ਕਿ ਚਾਹ ਤੁਹਾਨੂੰ ਮੂੰਹ ਮਰਵਾ ਲਈ ਤੇ ਬਾਕੀ ਚੋ 10 ਲੀਟਰ ਤੋਂ ਬਾਅਦ 10 ਲੀਟਰ ਹੋਵੇਗਾ ਇਨਸ਼ਾਅੱਲਾ ਪੱਕਾ ਦੁੱਧ ਜਿਹੜਾ ਪੱਕੀਆਂ ਗੱਲਾਂ ਠੀਕ ਹੋ ਗਿਆ ਜੀ ਤੇ ਇਹ ਛੋਟੀ ਦੱਸੋ ਵੀ ਸਵੇਰ ਕਿੰਨਾਸ ਹੋਈ ਹੈ ਇਹ ਜੀ ਪਹਿਲਾਂ ਸਵੇਰ ਸੋਈ ਹੈ ਠੀਕ ਹੋ ਗਿਆ ਤੇ ਰੋਗ ਰੋਗ ਦਾ ਥਣ ਮੈਂ ਦਾ ਠੀਕ ਹੋ ਗਿਆ ਇੱਕ ਚਿਟੀਆਂ ਸ਼ਪਾਇਦ ਅੱਖੀ ਮੁੱਛ ਮੈਂ ਦੀ ਬੱਗੀ ਪੈਰ ਮੈਂ ਦੇ ਦੁੱਤੇ ਵੇ ਠੀਕ ਹੈ ਚੱਡਾ ਮੈਂ ਦਾ ਸੋਹਣਾ ਚੀਰਵਾ ਠੀਕ ਹੈ ਤੇ ਖਾਸ ਮੈਂ ਨੀਲੀ ਦੀ ਠੀਕ ਹੋ ਗਿਆ ਜੀ ਯਾਨੀ ਕਿ ਨੀਲੀ ਬਾਹਰ ਦੀ ਮੈਂ ਤੁਸੀਂ ਦੱਸਦੇ ਪਾ ਜੇ ਤੇ ਇਹ ਨਸੂਈ ਨੂੰ ਅੱਜ ਹੋਗਾ 2 ਦਿਨ 10 ਲੀਟਰ ਦੁੱਧ ਅੱਗੇ ਦੇ ਕੱਟিয়ে 8 ਲੀਟਰ ਤੁਸੀਂ ਬਾੜਾ ਚੋਇਆ ਹੈ ਹਾਜ਼ਰ ਮੌਕੇ ਦੁੱਧ ਅਗਰ ਆਪਣੇ ਕੋਲ ਪਿੱਛੇ ਆਵੇ ਤੇ 10 ਲੀਟਰ ਆਪਾਂ ਚਵਾ ਸਕਦੇ ਹਾਂ ਜਿਵੇਂ ਤੁਸੀਂ ਦੱਸਿਆ ਦੋ ਟਾਈਮ ਚਵਾ ਕੇ ਦੇਵਾਂਗੇ ਮੱਝ ਠੀਕ ਹੋ ਗਿਆ ਜੀ ਇਸ ਛੋਟੀ ਦੇ ਹੁਣ ਆਪਾਂ ਫਾਈਨਲ ਜੇ ਪੈਸੇ ਆਪਣਾ ਜਿਹੜਾ ਤੁਸੀਂ ਕਰਨੇ ਨੇ ਜਿੱਥੇ ਆਪਾਂ ਵੇਚਣੀ ਹੈ ਠੀਕ ਹੋ ਗਿਆ ਨਾ ਐਵੇਂ ਜ਼ਿਆਦਾ ਨਹੀਂ ਕਰਨੇ ਹੋ ਕਈ ਬੰਦੇ ਐਵੇਂ ਜ਼ਿਆਦਾ ਵੇਖ ਕੇ ਕਰ ਲੈਣਦੇ ਨਾ ਜੀ ਜਨਾਬ ਤਾਂ ਪਤਾ ਨਹੀਂ ਕੀ ਬਣ ਜਾਏਗਾ ਇਸ ਛੋਟੀ ਦੇ ਹੁਣ ਚਾਚਾ ਜੀ ਗੱਲ ਲੇ ਤਾਂ ਫਾਈਨਲ ਜੇ ਪੈਸੇ ਦੱਸਣੇ ਜੀ ਫਾਈਨਲ ਜੇ ਮੁੱਲ ਕਿੰਨੀ ਰੱਖੇ ਤਾਂ ਬੰਮੇ ਸਾਢੇ ਤਿੰਨ ਨੂੰ ਹੀ ਮੰਗ ਸਕਨੇ ਆ ਆਪਾਂ ਪਿਆਰ ਮੁਹੱਬਤ ਨਾਲ ਪੂਰੇ 3 ਲੱਖ ਦੀ ਛੋਟੀ ਵੇਚਣੀ ਅੱਛਾ 3 ਲੱਖ ਰੁਪਈਆ ਤੇ ਇਹਦੇ ਵਿੱਚ ਕੋਈ ਮਾੜਾ ਮੋਟਾ ਪਿਆਰ ਮੁਹੱਬਤ ਯਾਰ ਮੇਰਾ ਪਿਆਰ ਮੁਹੱਬਤ ਵੀ ਕਰ ਲੈ ਸੰਗੇ ਮੇ ਚਲੋ ਇਹ ਤੁਸੀਂ ਕਰ ਲੈਣਾ ਤੇ ਕੈਮਰਾਮੈਨ ਸਾਹਿਬ ਆਹ ਦਿਖਾਓ ਜੀ ਮੈਂ ਨੰਬਰ 2 ਜਨਾਬ ਇਹ ਵੀ ਮੈਂ ਜਨਾਬ ਸੂਈ ਹੋਈ ਏ ਲੇਕਿਨ ਇਹ ਕਾਫੀ ਦਿਨਾਂ ਦੀ ਸੂਈ ਏ ਮੇਰਾ ਖਿਆਲ ਏ ਇਹ ਵੀ ਚਾਚੇ ਤੋਂ ਪੁੱਛਣਾ ਜਨਾਬ ਇਸ ਮੈਂ ਦਾ ਜਨਾਬ ਕੀ ਹਿਸਾਬ ਕਿਤਾਬ ਏ ਇਹ ਵੀ ਜਨਾਬ ਕਰਾਂਗਾ ਮਾਲਕ ਨਾਲ ਤੇ ਇਹਨੂੰ ਵਿਖਾਓ ਜੀ ਅੱਗੋਂ ਮੋੜ ਲਿਆ ਭਾਈ ਨੂੰ ਕ ਅੱਛਾ ਚਾਚਾ ਜੀ ਆ ਜਿਹੜੀ ਮੈਂ ਆਪਕੇ ਟੂਰੀ ਫੇਰਦੀ ਕੈਮਰੇ ਵਾਲੇ ਦੇ ਇਹ ਦੱਸੋ ਵੀ ਇਹਦੇ ਆਪਣਾ ਸੂਈ ਏ ਤੈਨੂੰ ਕਿੰਨੇ ਆਪਣਾ ਮਹੀਨੇ ਹੋਏ ਨੇ ਸੂਈ ਜੀ ਝੂਠ ਨਹੀਂ ਆਪਾਂ ਮਾਰਨਾ 50 ਮਹੀਨਾ ਤੋਂ ਬਾਅਦ ਮੈਂ ਲਿਕੜੀ ਜਾਂਦੀ ਏ ਚੌਕ ਮਹੀਨਾ ਦੀ ਅੰਤਾਂ ਦੇ ਨਾਲ ਠੀਕ ਤੇ ਮੈਂ ਨੂੰ ਦੂਸਰਾ ਮਹੀਨਾ ਸ਼ੁਰੂ ਹੈ ਇੱਕ ਮਹੀਨਾ ਤੇ 20 ਦਿਨ ਹੋ ਗਏ ਨਾ ਰਹੀ ਹੋਏ ਨੂੰ ਤਸੱਲੀ ਨਾ ਕਰਾਈ ਆਗਾ ਮੇਰੇ ਸੋਹਣੇ ਨਾਲ ਗੱਲ ਹੈ ਤੇ ਮੈਂ ਇਹ ਵੀ ਬੜੀ ਸੋਹਣੀ ਆ ਇਸ ਮੈਂ ਦਾ ਬੱਚਾ ਬੂਰੇ ਰੰਗ ਵਾਲਾ ਠੀਕ ਹੋਗਾ ਜੀ ਕੱਟਾ ਜੀ ਠੀਕ ਹੋਗਾ ਕੱਟਾ ਹੈ ਜੀ ਮਗਰ ਤੇ ਹੁਣ ਤੁਸੀਂ ਕਹਿੰਦੇ ਭਾਜੀ ਵੀ ਦੋ ਮਹੀਨਾ ਦੀ ਗੱਭਣ ਹੈ ਹਾਂਜੀ ਤੇ ਇਹ ਆਪਣਾ ਹੁਣ ਦੁੱਧ ਕੁਛ ਕਰਦੀ ਪਈ ਕੋਈ ਫੱਕਾ ਦੁੱਧ ਜੀ 8 ਗੱਡਵੀਆਂ ਦੋ ਟਾਈਮਾਂ ਦਾ ਚੌਤ ਦੇ ਹਿਸਾ ਹੋਵੇਗਾ ਸਾਢੇ 8 ਮੈਂ ਦੋ ਤਿੰਨ ਵਾਰੀ ਚੋਲ ਭਵੇਂ 8 ਕਿਲੋ ਦੁੱਧ ਚੌਸਾਂ ਦੋ ਟਾਈਮਾਂ ਦਾ ਠੀਕ ਹੋ ਗਿਆ ਇਹ ਸਾਰਾ 8 ਕਿਲੋ ਹੈ ਜਾਂ ਇਹਨੂੰ ਕੋਈ ਨਹੀਂ ਛੱਡਣਾ ਸਾਰਾ ਬੱਚੇ ਨੂੰ ਕੋਈ ਨਹੀਂ ਛੱਡਣਾ ਆ ਬੱਚਾ ਦਾ ਵੈਸਾ ਹੀ ਪੱਠੇ ਹੁਣ ਖਾਂਦਾ ਤੇ ਇਹ ਯਾਨੀ ਕਿ ਤੁਸੀਂ ਕਹਿੰਦੇ ਪਹਿ ਜਾ ਵੀ 2 ਮਹੀਨਾ ਦੀ ਗੱਬਣ ਹੈ 4 ਮਹੀਨੇ ਹੋ ਗਏ ਇਸ ਬੱਚੇ ਨੂੰ ਸੂਏ ਨੂੰ ਇਸ ਮੈਨ ਨੂੰ ਤੇ ਇਹਦੇ ਇਥੇ 8 ਲੀਟਰ ਦੁੱਧ ਭਾਵੇਂ ਕੋ ਜਿੰਨੇ ਮਦਦਨ ਮਰਜ਼ੀ ਆ ਕੇ ਚੋਲ ਹੋਵੇ ਠੀਕ ਹੋ ਗਿਆ ਇਹ ਸਵੇਰ ਕਿੰਨਾ ਸੂਈ ਸੀ ਇਹ ਜੀ ਪਹਿਲਾ ਪਹਿਲਾ ਸਵੇਰ ਅੱਛਾ ਇਹ ਵੀ ਪਹਿਲਾ ਸਵੇਰ ਸੂਈ ਹੈ ਤੇ ਇਹਦੇ ਮਗਰ ਇਕਟਾ ਇਸ ਮੈਨ ਤੇ ਹੁਣ ਫਾਈਨਲ ਜੇ ਪੈਸੇ ਦੱਸਣੇ ਨੇ ਫਾਈਨਲ ਜੀ 1,85,000 ਰੁਪਇਆ ਆਪਾਂ ਲੈਣਾ ਹੈ ਠੀਕ ਹੈ ਤੇ ਇਹਦੇ ਵਿੱਚ ਕੋ ਮਾੜਾ ਮੋਟਾ ਪਿਆਰ ਮੁਹੱਬਤ ਵੀ ਆਪਾਂ ਕਰਨਾ ਹੈ ਮੈਂ ਤੇ ਕੋ ਨਹੀਂ ਛੱਡਿਆ ਪਰ ਮਿਲ ਕੋ ਆਪਾਂ ਵਾਦਾ ਗਾਠਾ ਕੋ ਥੋੜਾ ਬੋਸਾ ਕਰ ਲਵਾਂਗੇ ਚਲੋ ਠੀਕ ਹੋ ਗਿਆ ਜੀ ਆ ਕੈਮਰਾਮੈਨ ਸਾਹਿਬ ਸਵਾਰ ਕੇ ਜਨਾਬ ਤਸੱਲੀ ਕਰਾਉਣੀ ਹੈ ਇਹ ਜਨਾਬ ਮੈਂ ਨਾਲੇ ਪੰਜ ਕਲਾਮ ਠੀਕ ਹੈ ਜੀ ਪੰਜ ਕਲਿਆਣ ਮੈਂ ਤੁਸੀਂ ਕਹਿੰਦੇ ਪਾ ਜੇ ਤੇ ਇਹ ਜਨਾਬ ਆਪਣਾ ਸੂਈ ਨੋਗਾ ਨਾ 4 ਮਹੀਨੇ ਮਗਰ ਇਹਦੇ ਜਨਾਬ ਬੂਰੇ ਰੰਗ ਦਾ ਕੱਟਾ 8 ਲੀਟਰ ਜਨਾਬ ਇਹਦੇ ਵਿੱਚ ਦੁੱਧ ਦੇ ਤੇ 1 ਲੱਖ ਤੇ 85000 ਰੁਪਇਆ ਪਹਿੜਾ ਸੁਆ ਸੋਈ ਏ ਵਿੱਚ ਜਨਾਬ ਪਿਆਰ ਮੁਹੱਬਤ ਹੈ ਤੇ ਬਾਕੀ ਦੀ ਡਿਟੇਲ ਜਨਾਬ ਮਾਲਕ ਤੁਹ ਲਾ ਦिती ਏ ਤੇ ਦੋਸਤੋ ਨੰਬਰ ਮੇਰਾ ਹੁੰਦਾ 0372927280307292722 ਜਨਾਬ ਮੇਰੇ ਵਟਸਐਪ ਤੇ ਈਮੋ ਦਾ ਨੰਬਰ ਹੁੰਦਾ ਏਸ ਨੰਬਰ ਤੇ ਜਨਾਬ ਤੁਸੀਂ ਕਰਨੀਏ ਕਾਲ ਇਹ ਜਨਾਬ ਦੋਵੇਂ ਝੋਟੀਆਂ ਰੋਕਾਂਗਾ ਤੇ ਦੋਸਤੋ ਉਮੀਦ ਕਰਾਂਗਾ ਕਿ ਮੇਰੀ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਵੇਗੀ ਮਿਲਾਂਗੇ ਜਨਾਬ ਅਗਲੀ ਵੀਡੀਓ ਤੇ ਵਿੱਚ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ